ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਸ਼ੁਕਰਾਨਾ ਮੂਵੀ ਦੇ ਓਫੀਸ਼ੀਅਲ ਟ੍ਰੇਲਰ 'ਤੇ। ਇਸ ਫਿਲਮ ਦੇ ਵਿੱਚ ਬਈ ਆਪਾਂ ਨੂੰ ਅੰਮ੍ਰਿਤ ਮਾਨ, ਨੀਰੂ ਬਾਜਵਾ ਅਤੇ ਜਸ ਬਾਜਵਾ ਬਾਈ ਦੇਖਣ ਨੂੰ ਮਿਲਣਗੇ। ਸੋ ਕਰਦੇ ਹਾਂ ਚੈੱਕ ਬਈ ਟ੍ਰੇਲਰ ਕਿਵੇਂ ਹੁੰਦਾ ਕਿਵੇਂ ਨਹੀਂ, ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ। ਜਿਹੜੇ ਵਿਹੜਿਆਂ 'ਚ ਕੁੜੀਆਂ ਦਾ ਹਾਸਾ ਗੂੰਜਦਾ ਨਾ, ਉੱਥੇ ਰੱਬ ਵੱਸਦਾ। ਤੇਰੇ ਪੈ ਗਿਆ ਚੂੜਾ ਮੇਰੇ ਵੱਜ ਗਏ ਨੇ ਸਿਰੇ। ਸਕੂਲ ਤਾਂ ਵੈਸੇ ਮੈਂ ਕਦੇ ਗਿਆ ਨਹੀਂ, ਪਰ ਪੜ੍ਹਨ ਦਾ ਮੈਨੂੰ ਬੜਾ ਸ਼ੌਂਕ ਸੀ। ਖੌਰੇ ਰੱਬ ਨੇ ਤਾਂ ਹੀ ਮੇਰੇ ਕਰਮਾਂ 'ਚ ਮਾਸਟਰ ਨਹੀਂ ਲਿਖਤੀ। ਓਕੇ ਓਕੇ, ਮੇਰੇ ਹਿਸਾਬ ਨਾਲ ਇਹ ਜਿਹੜੀ ਫਿਲਮ ਹੈਗੀ ਇਹ ਥੋੜ੍ਹੀ ਜਿਹੀ ਪੁਰਾਣੇ ਟਾਈਮ ਦੇ ਵਿੱਚ ਸੈਟਲ ਕੀਤੀ ਗਈ ਆ ਜਿਹੜੀ ਸਟੋਰੀ ਹੈਗੀ। ਇੱਥੋਂ ਤੁਸੀਂ ਚੈੱਕ ਕਰੋ, ਉੱਥੇ ਰੱਬ ਵੱਸਦਾ। ਤੇਰੇ ਪੈ ਗਿਆ ਚੂੜਾ ਮੇਰੇ ਵੱਜ ਗਏ ਨੇ ਸੇ। ਆਹ ਦੇਖੋ ਤੁਸੀਂ ਪੁਰਾਣੇ ਨੋਟ, ਹੈ ਨਾ, ਦਸਾਂ ਦਸਾਂ ਦੇ ਨੋਟ ਪਾਏ ਗਏ ਆ, ਡਿਟੇਲਿੰਗ 'ਤੇ ਪੂਰਾ ਧਿਆਨ ਦਿੱਤਾ ਗਿਆ। ਆ 50-50 ਦੇ ਨੋਟ ਜਿਹੜੇ ਪੁਰਾਣੇ ਹੁੰਦੇ ਸੀਗੇ, ਹੈ ਨਾ, ਪਤਾ ਨਹੀਂ ਕਿੱਥੋਂ ਲੱਭ ਕੇ ਲੈ ਗਏ ਯਾਰ, ਹੈ ਨਾ, ਮਤਲਬ ਡਿਟੇਲਿੰਗ 'ਤੇ ਖਾਸਾ ਧਿਆਨ ਦਿੱਤਾ ਗਿਆ। ਸਕੂਲ ਤਾਂ ਵੈਸੇ ਮੈਂ ਕਦੇ ਗਿਆ ਨਹੀਂ, ਪਰ ਪੜ੍ਹਨ ਦਾ ਮੈਨੂੰ ਬੜਾ ਸ਼ੌਂਕ ਸੀ। ਖੌਰੇ ਰੱਬ ਨੇ ਤਾਂ ਹੀ ਮੇਰੇ ਕਰਮਾਂ 'ਚ ਮਾਸਟਰ ਨਹੀਂ ਲਿਖਤੀ। ਜਿਹੜਾ ਤੇਰੀ ਸਹੇਲੀ ਹੱਥ ਲੈਟਰ ਫੜਾਇਆ ਸੀ, ਪੜਿਆ? ਜਿਹੜਾ ਬੰਦਾ ਆਪਣੇ ਦਿਲ ਦੀ ਗੱਲ ਮੂੰਹ ਤੇ ਨਾ ਕਹਿ ਸਕੇ, ਉਹਨੇ ਨਿਭਾਉਣੀ ਸਿਰ? ਉਹ ਮੈਂ ਤਾਂ ਮੂੰਹ ਨਾਲ ਕਹਿ ਦੂੰ, ਤੂੰ ਜਵਾਬ ਨਾ ਨਾ ਕਿਤੇ ਹੱਥਾਂ ਨਾ ਦੇ ਦੀ। ਹਸਰਾ ਸੀ ਯਾਰ, ਗੱਲ ਡਾਇਲੋਗ ਬਹੁਤ ਖਤਰਨਾਕ ਸੀ ਬਾਬੇ। ਵਾਹ, ਮੂੰਹ ਤੇ ਨਾ ਕਹਿ ਸਕੇ, ਉਹਨੇ ਨਿਭਾਉਣੀ ਸਿਰ? ਉਹ ਮੈਂ ਤਾਂ ਮੂੰਹ ਨਾਲ ਕਹਿ ਦੂੰ, ਤੂੰ ਜਵਾਬ ਨਾ ਨਾ ਕਿਤੇ ਹੱਥਾਂ ਨਾ ਦੇ ਦੀ। ਨਿੰਮੇ ਨੂੰ ਨਾ ਮੈਂ ਆਪਣੇ ਆਪ ਤੋਂ ਵੀ ਵੱਧ ਪਿਆਰ ਕਰਦਾ, ਉਹਦਾ ਵਿਆਹ ਆਪਾਂ ਪੂਰੇ ਧੂਮ ਧਾਮ ਨਾਲ ਕਰਨਾ। ਆ ਬਾਪੂ ਤੇਰਾ ਮੈਨੂੰ ਗੰਦੇ ਗੰਦੇ ਇਸ਼ਾਰੇ ਕਰਦਾ ਹੈ। ਮੈਂ ਮੰਨਦਾ ਮੈਂ ਇਸ਼ਾਰੇ ਕੀਤੇ ਆ, ਮੰਨੀ ਦਾ ਨਹੀਂ ਹੁੰਦਾ। ਓਕੇ ਓਕੇ ਓਕੇ, ਇਸ ਮੂਵੀ ਦਾ ਸੀਨ ਸੀਗਾ ਇਹ, ਮੈਂ ਮਤਲਬ ਦੇਖਿਆ ਯਾਰ ਇਹ ਇਦੋਂ ਪਹਿਲਾਂ ਵੀ, ਅਤੇ ਰੀਲਾਂ 'ਤੇ ਦੇਖਿਆ ਸੀਗਾ ਮੈਂ, ਅਤੇ ਆਹ ਜਿਹੜਾ ਸੀਨ ਸੀ ਮੰਨੀ ਦਾ ਨਹੀਂ ਹੁੰਦਾ, ਅਤੇ ਮੈਨੂੰ ਨਹੀਂ ਸੀ ਪਤਾ ਵੀ ਇਸ ਮੂਵੀ ਦਾ ਯਾਰ ਇਹ। ਨਾਈਸ ਯਾਰ, ਮਤਲਬ ਕਰੈਕਟਰ ਸਾਰੇ ਹੀ ਵਧੀਆ ਹੋਣ ਜਾ ਰਹੇ ਆ। ਮੰਨਦਾ ਮੈਂ ਇਸ਼ਾਰੇ ਕੀਤੇ ਆ, ਮੰਨੀ ਦਾ ਨਹੀਂ ਹੁੰਦਾ। ਮੇਰਾ ਤੇਜ ਚਵਾ ਕੇ ਸਵਾਗਤ ਕਰਨ ਗਏ, ਪਰ ਇਹ ਤਾਂ ਮਾਰ ਦਿਆ ਗੋ ਚਪਲਾ, ਇਹਨਾਂ ਨੂੰ ਕੋਈ ਕਦਰ ਹੈ ਨਹੀਂ। ਕਰੋ ਸ਼ੁਕਰਾਨਾ ਦਾਤੇ ਦਾ, ਜਿਹਨੇ ਹੈ ਇਹ ਜੀਵਨ ਦਿੱਤਾ, ਹਾਸੇ ਦਿੱਤੇ ਖੁਸ਼ੀਆਂ ਦਿੱਤੀਆਂ, ਦੁੱਖ ਵੀ ਦਿੱਤੇ ਪਰਖਣ ਦੇ ਲਈ। ਓਕੇ ਓਕੇ, ਹੁਣ ਤੱਕ ਜਿੰਨਾ ਟ੍ਰੇਲਰ ਦੇਖਿਆ ਆਪਾਂ ਉਹਦੇ ਵਿੱਚ ਖੁਸ਼ੀਆਂ ਸੀ, ਹੈ ਨਾ, ਉਹ 'ਚ ਮਾਹੌਲ ਸਾਰਾ ਵਧੀਆ ਮਤਲਬ ਕਮੇਡੀ ਵਾਲਾ ਸੀਗਾ, ਅਤੇ ਇਦੋਂ ਅੱਗੇ ਆਪਾਂ ਨੂੰ ਸਮਝ ਲੱਗੂ ਸਟੋਰੀ ਦੀ। ਬੰਦੇ ਬਿਨਾਂ ਤੀਵੀਂ ਦੀ ਕਾਹਦੀ ਜ਼ਿੰਦਗੀ ਆ, ਸਿਰ 'ਤੇ ਬੰਦਾ ਨਹੀਂ ਜਿਹੋ ਜਿਹੀ ਸਿਰ 'ਤੇ ਝੁੰਨੀ। ਬੇਬੇ ਜੇ ਐਤਕੀ ਵੀ ਜ਼ਮੀਨ ਹੱਥੋਂ ਚਲੀ ਗਈ ਤਾਂ ਆਪਣੇ ਪੱਲੇ ਤਾਂ ਕੱਖ ਨਹੀਂ ਰਹਿਣਾ। ਤੁਹਾਡੀ ਜ਼ਮੀਨ ਪਿੱਛੇ ਮੈਂ ਆਪਦੀ ਭਰਜਾਈ ਨਾਲ ਵਿਆਹ ਕਰਾਣਾ। ਓਕੇ 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 ਓਕੇ, ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਜਿਵੇਂ ਬਣ ਕੇ ਚਲੋ ਦੋ ਭਰਾ ਹੁੰਦੇ ਸੀਗੇ, ਹੈ ਨਾ, ਤਾਂ ਜਦੋਂ ਇੱਕ ਦੀ ਡੈਥ ਹੋ ਜਾਂਦੀ ਸੀਗੀ ਅਤੇ ਫਿਰ ਉਹ ਜਿਹੜੀ ਉਹਦੀ ਮਤਲਬ ਘਰ ਵਾਲੀ ਹੁੰਦੀ ਸੀ, ਉਹਦੀ ਵਾਈਫ ਹੁੰਦੀ ਸੀ, ਉਹਨੂੰ ਦੂਜੇ ਦੇ ਘਰ ਬਿਠਾ ਦਿੰਦੇ ਹੁੰਦੇ ਸੀ, ਹੈ ਨਾ, ਵੀ ਦੂਜੇ ਨਾਲ ਵਿਆਹ ਕਰ ਦਿੰਦੇ ਹੁੰਦੇ ਸੀ ਮੁੰਡੇ ਨਾਲ, ਉਹਦੇ ਦਿਓਰ ਨਾਲ। ਸੋ ਉਹ ਕਨਸੈਪਟ ਹੈਗਾ ਮੂਵੀ, ਹੁਣ ਕਲੀਅਰ ਹੋਇਆ ਬਈ ਵੀ ਮੇਨ ਸਟੋਰੀ ਕੀ ਹੈਗੀ, ਹੈ ਨਾ, ਫਿਲਮ ਦੀ। ਬਾਕੀ ਕਰਦੇ ਅੱਗੇ ਚੈੱਕ ਕੀ ਹੁੰਦਾ। ਮੈਂ ਮੰਨਦੀ ਹਾਂ ਕਿ ਇੱਕ ਪਤਨੀ ਆਪਣੇ ਪਤੀ ਤੋਂ ਬਿਨਾਂ ਅਧੂਰੀ ਹੁੰਦੀ, ਪਰ ਇੱਕ ਔਰਤ ਨੇ ਮੈਨੂੰ ਤਾਂ ਰੋਕ ਲੇਗਾ। ਆ ਲੋਕ ਤਾਂ ਕਹਿੰਦੇ ਆ ਨਾ, ਵੀਰਾਂ ਤਾਂ ਨਿੰਮਾ ਸਾਂਭੀ ਬੈਠਾ ਰੰਨ ਬਣਾ ਕੇ। ਪੱਕੀ ਰੱਖ ਲਾ, ਉਹ ਨਿੰਮਾ ਵਿਆਹ ਲਈ ਮੰਨੇ ਨਾ ਮੰਨੇ, ਬਸ ਆਪਾਂ ਤੁਹਾਡੇ ਟੱਬਰ ਨੂੰ ਅੱਡ ਕਰਾਉਣ ਤੇ ਜ਼ੋਰ ਲਾਉਣਾ। ਮੁੰਡਾ ਤਾਂ ਮੇਰਾ ਗਿਆ, ਨਿੰਮੇ ਵਿਚਾਰੇ ਨੂੰ ਕਿਉਂ ਮਜਬੂਰ ਕਰਨਾ। ਜ਼ਮੀਨ ਖਾਤਰ ਆਪਾਂ ਕਿਸੇ ਨੂੰ ਆਪਦੇ ਘਰੇ ਕਿਵੇਂ ਰੱਖ ਸਕਦੇ ਹਾਂ।
ਕਸਮ ਬਿਨਾਂ ਤੀਵੀਂ ਕੱਟ ਸਕਦੀ ਹੈ ਪਰ ਲੋਕ ਕੱਟਣ ਨਹੀਂ ਦਿੰਦੇ ਜੀ। ਸਹੀ ਆ, ਜਨਾਨੀ ਰੋਹੀ ਤਾਂ ਰੁੱਖ ਨਹੀਂ ਹੁੰਦੀ, ਜੰਗਲ ਦੀ ਅੱਗ ਹੁੰਦੀ ਆ, ਲੱਗਦੀ ਵੀ ਉਹਦੀ ਮਰਜ਼ੀ ਨਾਲ ਤੇ ਬੁਝਦੀ ਵੀ ਉਹਦੀ ਮਰਜ਼ੀ ਨਾਲ। ਯਾਰ ਆਹ ਬਹੁਤ ਵਧੀਆ ਗੱਲ ਲੱਗੀ ਹਨਾ ਮੈਨੂੰ, ਮਤਲਬ ਸੋਚ ਚੇਂਜ ਕੀਤੀ ਗਈ ਆ ਲੋਕਾਂ ਦੀ। ਵੈਸੇ ਲੋਕ ਐਂ ਕਹਿੰਦੇ ਹੁੰਦੇ ਨਾ ਵੀ ਬੰਦੇ ਬਿਨਾਂ ਜਨਾਨੀ ਦਾ ਕੁਛ ਨਹੀਂ, ਬੱਟੀ ਦਾ ਕਸਮ ਬਿਨਾਂ ਤੀਵੀਂ ਕੱਟ ਸਕਦੀ ਹੈ ਪਰ ਲੋਕ ਕੱਟਣ ਨਹੀਂ ਦਿੰਦੇ ਜੀ। ਜਨਾਨੀ ਰੋਹੀ ਤਾਂ ਰੁੱਖ ਨਹੀਂ ਹੁੰਦੀ, ਜੰਗਲ ਦੀ ਅੱਗ ਹੁੰਦੀ ਆ, ਲੱਗਦੀ ਵੀ ਉਹਦੀ ਮਰਜ਼ੀ ਨਾਲ ਤੇ ਬੁਝਦੀ ਵੀ ਉਹਦੀ ਮਰਜ਼ੀ ਨਾਲ। ਓਕੇ, ਉਹ ਹੈ ਨਾ ਸੱਚੇ ਪਾਤਸ਼ਾਹ ਜਿਹਦੀ ਸਭ 'ਤੇ ਮਿਹਰ ਆ ਅਤੇ ਉਹਦੀ ਰਜ਼ਾ 'ਤੇ ਸ਼ੱਕ ਨਹੀਂ ਕਰੀਦਾ, ਸ਼ੁਕਰਾਨਾ ਕਰੀਦਾ। ਦੇਖੋ ਯਾਰ, ਮੋਟੀ ਮੋਟੀ ਸਟੋਰੀ ਤਾਂ ਆਪਾਂ ਨੂੰ ਸਾਰੀ ਪਤਾ ਲੱਗ ਗਈ ਹੈ ਨਾ ਵੀ ਕੀ ਚੱਕਰ ਪੈਣਾ ਗਾ ਫਿਲਮ ਦੇ ਵਿੱਚ, ਪਰ ਜਿਹੜੇ ਟਵਿਸਟ ਆ ਗਏ ਹੈ ਨਾ ਵੀ ਮਤਲਬ ਕੀ ਹੋਇਆ ਸੀਗਾ ਹੈ ਨਾ, ਜਿਹੜਾ ਮੰਨ ਕੇ ਚਲੋ ਕਰੈਕਟਰ ਹੈਗਾ ਆਪਣਾ ਜਿਹੜਾ ਜਸ ਬਾਏ ਬਾਬਾ ਜੀ ਨੇ ਰੋਲ ਪਲੇਅ ਕੀਤਾ ਗਾ, ਅਤੇ ਵੀ ਉਹਨੂੰ ਕੀ ਹੁੰਦਾ ਜਾਂ ਉਹ ਵਾਪਸ ਵੀ ਆ ਸਕਦਾ ਹੈ ਨਾ ਫਿਲਮ ਦੇ ਵਿੱਚ। ਸੋ ਕਾਫੀ ਚੀਜ਼ਾਂ ਦਿਮਾਗ ਦੇ ਵਿੱਚ ਘੁੰਮ ਰਹੀਆਂ ਟ੍ਰੇਲਰ ਨੂੰ ਦੇਖ ਕੇ, ਅਤੇ ਬਹੁਤ ਵਧੀਆ ਟੋਪਿਕ 'ਤੇ ਬਣਾਈ ਗਈ ਹੈ ਯਾਰ ਫਿਲਮ ਹੈ ਨਾ। ਸੋ ਐਂ ਨਹੀਂ ਹੈਗਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਨਾ, ਥੋੜ੍ਹਾ ਜਿਹਾ ਹਾਸਾ ਠੱਠਾ ਹੀ ਚੱਲਦਾ ਰਹਿੰਦਾ ਆਪਣੀਆਂ ਪੰਜਾਬੀ ਫਿਲਮਾਂ ਦੇ ਵਿੱਚ, ਹੋਣੀਆਂ ਚਾਹੀਦੀਆਂ ਇਹੋ ਜਿਹੀਆਂ ਫਿਲਮਾਂ ਯਾਰ। ਸੋਹਣਾ ਸਟੋਰੀ ਸੋਹਣੀ ਲੱਗ ਰਹੀ ਹੈਗੀ, ਮਤਲਬ ਵਰਥ ਹੋਊਗਾ ਫਿਲਮ ਨੂੰ ਦੇਖਣਾ ਹੈ ਨਾ। ਮੈਂ ਟ੍ਰੇਲਰ ਦੇਖ ਕੇ ਇਹ ਚੀਜ਼ ਪੂਰੇ ਯਕੀਨ ਨਾਲ ਕਹਿ ਸਕਦਾ ਗਾ। ਬਾਕੀ ਜਿਹੜੀ ਕਾਸਟ ਆ ਸਾਰੀ ਉਹ ਵੀ ਬਹੁਤ ਵਧੀਆ ਲੱਗੀ ਹੈ ਨਾ ਮੈਨੂੰ, ਸਾਰਿਆਂ ਨੇ ਆਪਦਾ ਆਪਦਾ ਰੋਲ ਬਹੁਤ ਸੋਹਣਾ ਕੀਤਾ ਗਾ। ਜਿਵੇਂ ਹੁਣ ਨੀਰੂ ਬਾਜਵਾ, ਉਹਨਾਂ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਵੀ ਉਹ ਤਾਂ ਬਹੁਤ ਟਾਈਮ ਤੋਂ ਪੁਰਾਣੀ ਕਰ ਰਹੇ ਆ ਹੈ ਨਾ ਕੰਮ, ਅਤੇ ਅੰਮ੍ਰਿਤ ਮਾਨ ਬਾਈ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਗਾ, ਜਸ ਬਾਜਵੇ ਬਾਈ ਨੇ ਬਹੁਤ ਜ਼ਿਆਦਾ ਸੋਹਣੀ ਐਕਟਿੰਗ ਕੀਤੀ ਹੈਗੀ ਹੈ ਨਾ। ਸੋ ਘੈਂਟ ਯਾਰ, ਮੈਨੂੰ ਬਹੁਤ ਕੁੱਲ ਮਿਲਾ ਕੇ ਘੈਂਟ ਲੱਗਿਆ ਕੰਮ। ਅਤੇ ਬਾਕੀ ਤੁਸੀਂ ਦੱਸੋ ਬਾਈ, ਤੁਹਾਨੂੰ ਕਿਵੇਂ ਲੱਗਿਆ ਇਹ ਟ੍ਰੇਲਰ ਹੈ ਨਾ, ਟ੍ਰੇਲਰ ਦੇਖ ਕੇ ਤੁਹਾਡੇ ਦਿਮਾਗ ਦੇ ਵਿੱਚ ਕੀ ਗੱਲਾਂ ਆਈਆਂ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਬਾਕੀ ਜਿੱਥੋਂ ਤੱਕ ਮੈਨੂੰ ਲੱਗਦਾ ਗਾ ਇਹ ਫਿਲਮ ਦੇ ਵਿੱਚ ਆਪਾਂ ਨੂੰ ਸਾਰੇ ਇਮੋਸ਼ਨ ਹੀ ਦੇਖਣ ਨੂੰ ਮਿਲਣਗੇ ਹੈ ਨਾ, ਵੀ ਆਪਾਂ ਹੱਸਾਂਗੇ ਵੀ ਫਿਲਮ ਨੂੰ ਦੇਖ ਕੇ, ਆਪਣਾ ਹੋ ਸਕਦਾ ਕਿਤੇ ਕਿਤੇ ਆਪਾਂ ਇਮੋਸ਼ਨਲ ਵੀ ਹੋ ਜਾਈਏ ਹੈ ਨਾ। ਜਿਹੜਾ ਟ੍ਰੇਲਰ ਹੁੰਦਾ ਨਾ ਬਈ ਫਿਲਮ ਦਾ, ਟ੍ਰੇਲਰ ਬਣਾਉਣਾ ਵੀ ਇੱਕ ਕਲਾ ਹੁੰਦੀ ਆ ਹੈ ਨਾ, ਸਾਰੀ ਫਿਲਮ ਮਤਲਬ ਬੰਦੇ ਨੂੰ ਸਟੋਰੀ ਦਾ ਪਤਾ ਵੀ ਲੱਗ ਜਾਵੇ ਅਤੇ ਪਤਾ ਲੱਗੇ ਵੀ ਨਾ ਹੈ ਨਾ। ਮਤਲਬ ਇਹ ਬਹੁਤ ਵੱਡਾ ਇੱਕ ਆਰਟ ਵਾਲਾ ਕੰਮ ਵੀ ਹੁੰਦਾ ਗਾ ਟ੍ਰੇਲਰ ਬਣਾਉਣਾ, ਟ੍ਰੇਲਰ ਬਣਾਉਣਾ ਵੀ ਕੋਈ ਖੇਡ ਨਹੀਂ ਹੁੰਦੀ ਹੈ ਨਾ। ਸੋ ਕੁੱਲ ਮਿਲਾ ਕੇ ਮੈਨੂੰ ਬਹੁਤ ਵਧੀਆ ਲੱਗਿਆ ਬਈ ਇਹ ਕੰਮ। ਸੋ ਬਾਕੀ ਜਿਹੜਾ ਮਾਹੌਲ ਦਿਖਾਇਆ ਗਿਆ ਫਿਲਮ ਦੇ ਵਿੱਚ ਉਹ ਵੀ ਬਹੁਤ ਸੋਹਣਾ ਲੱਗਿਆ ਮੈਨੂੰ ਹੈ ਨਾ। ਸੋ ਥੋੜ੍ਹਾ ਜਿਹਾ ਪੁਰਾਣੇ ਟਾਈਮ ਦੇ ਵਿੱਚ ਸੈੱਟ ਕੀਤੀ ਗਈ ਆ ਸਟੋਰੀ, ਅਤੇ ਸਾਰਿਆਂ ਦੇ ਉਹੋ ਜਿਹੇ ਕੱਪੜੇ ਪਾਏ ਗਏ ਸੀਗੇ, ਉਹੋ ਜਿਹੇ ਘਰ ਦਿਖਾਏ ਗਏ ਆ ਹੈ ਨਾ, ਸਾਰਾ ਇਨਵਾਇਰਮੈਂਟ ਉਹੋ ਜਿਹਾ ਗਾ। ਸੋ ਚੰਗਾ ਲੱਗਦਾ ਬਈ ਇਹ ਚੀਜ਼ ਨੂੰ ਦੇਖ ਕੇ। ਸੋ ਬਸ ਇਹੀ ਸੀਗੀ ਆਪਣੀ ਵੀਡੀਓ ਬਾਈ, ਤੁਸੀਂ ਦੱਸੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ, ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੌਣ ਕੌਣ ਜਾ ਰਿਹਾ ਫਿਲਮ ਦੇਖਣ। ਆਪਾਂ ਤਾਂ ਜ਼ਰੂਰ ਜਾਵਾਂਗੇ ਬਈ, ਆਪਾਂ ਨੂੰ ਤਾਂ ਬਹੁਤ ਘੈਂਟ ਲੱਗਿਆ ਟ੍ਰੇਲਰ। ਸੋ ਤੁਸੀਂ ਵੀ ਜ਼ਰੂਰ ਜਾਇਓ ਬਈ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ। ਸੋ ਬਸ ਇਹੀ ਸੀਗੀ ਆਪਣੀ ਵੀਡੀਓ, ਫਿਰ ਮਿਲਾਂਗੇ ਇਸ ਨਵੀਂ ਵੀਡੀਓ ਦੇ ਨਾਲ। ਧੰਨਵਾਦ। Sounds steadily.